हेलो सत श्री अकाल जी सारे व्यूअर्स नू एंड वेलकम टू माय चैनल म्यूजिक गुरु एंड गाइस आज आपा सॉन्ग करांगे तू मेनू प्यार नहीं करदा बाय जी खान। बहुत सोहना सॉन्ग जी प्ले कीता उन्होंने, सॉरी बहुत सोहना सॉन्ग सिंग कीता उन्होंने, प्ले आपा करना ठीक है जी। सो कोशिश करांगे आपा इनू हारमोनियम ते प्ले करन दी। सो देखो हुण सॉन्ग कित्थों स्टार्ट होना है, जो इहदा ओरिजिनल स्केल है सॉन्ग दा ओह ओरिजिनल स्केल है जी इत्थों, इत्थों सॉन्ग स्टार्ट हुंदा। ओके ठीक है जी, यह है ओरिजिनल स्केल, बट आप की करना ओरिजिनल स्केल है बहुत ज्यादा हाई ठीक है जी। सो आप थोड़ा जिन लोअर करके करांगे, थोड़ा नहीं काफी लोअर करांगे ठीक है। सो आप सॉन्ग कितों स्टार्ट करना ठीक है जी, गा तो अपना यह सॉन्ग स्टार्ट करना, गा सरगम तो अपना ठीक है जी। सा रे गा, इस वीडियो आप सा इस की नहीं मनिया ठीक है जी। काफी व्यूज इन सा मानते हैं ठीक है जी, या इन सा मानते हैं ना अपा, काफी व्यूज इन सा मानते हैं। सो आप इस सा मान के गा तो सॉन्ग शुरू करांगे। जो इन सा मानते हैं ठीक है जी, ओ धा कह सकते हैं, धा तो शुरू करांगे सॉन्ग। सो आप हुण गा तो शुरू करते हैं सॉन्ग। तू मैनू प्यार नहीं करदा, क्यों इज़हार नहीं करदा, ओ मेरे दिल भर जानी, कमारे दिल ते कानी, एक गल कहन लगी हां, आज फिर सुन के ही जावी, औखे मिलदे सजना, दिलानू दिल दे जानी, तू मैनू प्यार नहीं करदा। ठीक है जी, ਇਹ ਹੈਗਾ ਤਾਂ ਫਸਟ ਪੈਰਾ। ਆਪਾਂ ਹੁਣ ਫਸਟ ਪੈਰਾ ਕੀ ਕਰਨਾ, ਇੱਕ ਫਿੰਗਰ ਨਾਲ ਬਿਲਕੁਲ ਸਲੋ ਆਪਾਂ ਦੇਖਣਾ ਕਿੱਦਾਂ ਪਲੇ ਹੋਣਾ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਇਹਦਾ ਸੈਕੰਡ ਪੈਰੇ ਦੀ ਥਾਂ ਤੇ ਆਪਾਂ ਥਰਡ ਪੈਰਾ ਇਹਦਾ ਪਲੇ ਕਰਾਂਗੇ, ਸਿੱਖਾਂਗੇ ਕਿੱਦਾਂ ਹੋਣਾ ਠੀਕ ਹੈ, ਜਿਹਦੇ ਵਿੱਚ ਅਟੈਂਸ਼ਨ ਤੇਰੀ ਪਾਉਣ ਨੂੰ। ਐਂਡ ਨਾਲ ਨਾਲ ਆਪਾਂ ਉਸ ਤੋਂ ਬਾਅਦ ਜੋ ਰੁੱਠੜਾ ਜਾਂਦਾ ਮਾਈਆ ਅਸਾਂ ਗਲੀ ਵਿੱਚੋਂ ਮੋੜਿਆ ਠੀਕ ਹੈ ਜੀ, ਉਹ ਵੀ ਕਰਾਂਗੇ, ਸਾਰਾ ਕਵਰ ਕਰਾਂਗੇ ਇਹਦੇ ਵਿੱਚ। ਸੋ ਹੁਣ ਆਪਾਂ ਇੱਕ ਫਿੰਗਰ ਨਾਲ ਇਹ ਸੌਂਗ ਦੇਖਦੇ ਹਾਂ ਕਿੱਦਾਂ ਪਲੇ ਹੋਣਾ। ਸੋ ਸੌਂਗ ਨੂੰ ਗਾ ਤੋਂ ਸਟਾਰਟ ਕਰਦੇ ਹੋਏ ਆਪਾਂ, ਤੂੰ ਮੈਨੂੰ ਪਿਆਰ ਨਹੀਂ ਕਰਦਾ ਠੀਕ ਹੈ ਜੀ। ਦੇਖੋ ਸਾਰੇ ਇਹਦੇ ਵਿੱਚ ਜੋ ਸੁਰ ਨੇ ਸ਼ੁੱਧ ਯੂਜ਼ ਹੋ ਰਹੇ ਆ ਠੀਕ ਹੈ ਜੀ। ਤੂੰ ਮੈਨੂੰ ਪਿਆਰ ਨਹੀਂ ਕਰਦਾ, ਕਿਉਂ ਇਜ਼ਹਾਰ ਨਹੀਂ ਕਰਦਾ, ਵੇ ਮੇਰੇ ਦਿਲ ਭਰ ਜਾਨੀ ਠੀਕ ਹੈ ਜੀ। ਥੋੜਾ ਜਿਹਾ ਟ੍ਰਿਕੀ ਹੈ ਇਹ, ਓ ਮੇਰੇ ਦਿਲ ਭਰ ਜਾਨੀ, ਕਿਉਂ ਮਾਰੇ ਦਿਲ ਤੇ ਕਾਨੀ, ਵੇ ਇੱਕ ਗੱਲ ਕਹਿਣ ਲੱਗੀ ਹਾਂ, ਅੱਜ ਫਿਰ ਸੁਣ ਕੇ ਹੀ ਜਾਵੀ, ਔਖੇ ਮਿਲਦੇ ਸੱਜਣਾ, ਦਿਲਾਂ ਨੂੰ ਦਿਲ ਦੇ ਜਾਨੀ, ਤੂੰ ਮੈਨੂੰ ਪਿਆਰ ਨਹੀਂ ਕਰਦਾ। ਇੱਕ ਪੈਰਾ ਇਹਦਾ ਕਵਰ ਕਰਤਾ ਆਪਾਂ, ਜੋ ਫਸਟ ਆ ਜੋ ਇਹਦਾ ਅੰਤਰਾ ਠੀਕ ਹੈ, ਬਿਲਕੁਲ ਸਲੋ ਤੁਹਾਨੂੰ ਇੱਕ ਫਿੰਗਰ ਨਾਲ ਮੈਂ ਸਮਝਾਇਆ। ਇਸ ਤੋਂ ਵੀ ਸਲੋ ਦੇਖਣਾ, ਕਈਆਂ ਨੂੰ ਕਾਫੀ ਵੀਅਰਸ ਨੂੰ ਕਮੈਂਟ ਹੁੰਦੇ ਆ ਮੈਨੂੰ ਕਿ ਥੋੜਾ ਜਿਹਾ ਹੋਰ ਸਲੋ ਕਰੋ ਇਸ ਨੂੰ। ਸੋ ਯੂਟਿਊਬ ਵਿੱਚ ਹੀ ਆਪਸ਼ਨ ਹੈ ਠੀਕ ਹੈ ਜੀ, ਤੁਸੀਂ ਹੋਰ ਵੀ ਜ਼ਿਆਦਾ ਸਲੋ ਕਰਕੇ ਇਹਨੂੰ ਦੇਖ ਸਕਦੇ ਹੋ ਠੀਕ ਹੈ। ਸੋ ਜਿਹਨੂੰ ਲੱਗਦਾ ਇਹ ਥੋੜਾ ਜਿਹਾ ਫਾਸਟ, ਉਹ ਇਹਨੂੰ ਸਲੋ ਕਰ ਸਕਦਾ। ਓਕੇ, ਹੁਣ ਨੈਕਸਟ ਆਪਾਂ ਕੀ ਕਰਨਾ, ਇਹਦਾ ਸੈਕੰਡ ਪੈਰੇ ਨੂੰ ਛੱਡ ਕੇ ਥਰਡ ਪੈਰਾ ਆਪਾਂ ਇਹਦਾ ਸਿੱਖਾਂਗੇ ਕਿੱਦਾਂ ਪਲੇ ਹੋਣਾ। ਸੋ ਥਰਡ ਪੈਰਾ ਦੇਖੋ ਕਿੱਥੋਂ ਸਟਾਰਟ ਹੋਣਾ, ਉਹਦੇ ਵਿੱਚ ਜੋ ਲੱਗੂਗਾ ਉਹ ਵੀ ਸ਼ੁੱਧ ਸੁਰ ਲੱਗੂਗਾ ਨੀ ਠੀਕ ਹੈ ਜੀ। ਸਾਰੇ ਗਾ ਮਾ ਪਾ ਧਾ ਨੀ ਸਾ ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਨੀ ਤੋਂ ਸ਼ੁਰੂ ਕਰਾਂਗੇ। ਅਟੈਂਸ਼ਨ ਤੇਰੀ ਪਾਉਣ ਨੂੰ, ਅਟੈਂਸ਼ਨ ਤੇਰੀ ਪਾਉਣ ਨੂੰ, ਅੱਖੀਆਂ ਵਿੱਚ ਪਾਵਾਂ ਕਜਲਾ ਠੀਕ
ठीक है जी। ए देखो हुण किदां प्ले होना, ए मैं बिलकुल स्लो ही दसूंगा। अटेंशन तेरी पौन ठीक है जी, एदे विच सारी कीज यूज होनी है, कोई भी स्किप नहीं करनी। अटेंशन तेरी पौन अखियां विच पावा कजला मैं तेनू सोहनी लग जा। सो इथे नोट करो, इथे कोमल नहीं लग्या, ओके, शुद्ध नी दी जगह ते कोमल नहीं लाउणा इथे। मैं तेनू सोहनी लग जा पता नहीं किदां सजला ठीक है जी। ए भी ध्यान नाल देखो, इथो मैं तेनू सोहनी लग जा, फिर इथे पता नहीं किदां सजला, ओ संदूआ छड मन मानी लग ना जावे जिंदगानी, ओखे मिल दे सजना दिलानू दिल दे जानी, तू मैनू प्यार नी करदा। फिर अगे सारा ओही इजहानी करदा, ओ मेरे दिल भर जानी तुम्हारे दिल ते कानी, वेक गल कहन लगी हां आज फिर सुन के जामी, ओखे मिल दे सजना दिलानू दिल दे जानी, तू मैनू प्यार करदा। ਰੁਕੜਾ ਜਾਂਦਾ ਮਾਈਆ, ਉਹ ਦੇਖੋ ਕਿੱਦਾਂ ਸਟਾਰਟ ਹੋਣਾ, ਉਹ ਜੋ ਸਾਹ ਤੋਂ ਸਟਾਰਟ ਹੋਊਗਾ ਠੀਕ ਹੈ ਜੀ। ਰੁਕੜਾ ਜਾਂਦਾ ਇੱਥੋਂ, ਰੁਕੜਾ ਜਾਂਦਾ ਮਾਈਆ ਅਸਾਂ ਗਲੀ ਵਿੱਚੋਂ ਮੋੜਿਆ, ਰੁਕੜਾ ਜਾਂਦਾ ਮਾਈਆ ਠੀਕ ਹੈ ਜੀ। ਇਹ ਦੇਖੋ ਹੁਣ ਕਿੱਦਾਂ ਸਾਹ ਤੋਂ ਸਟਾਰਟ ਕਰਕੇ ਰੁਕੜਾ ਜਾਂਦਾ, ਇਹਦੇ ਵਿਚ ਇਸ ਨੂੰ ਰੇ ਨੂੰ ਆਪਾਂ ਸਕਿਪ ਕਰਨਾ ਠੀਕ ਹੈ। ਸਾਹ ਤੋਂ ਬਾਅਦ ਸਿੱਧਾ ਗਾ, ਰੁਕੜਾ ਜਾਂਦਾ ਮਾਈਆ ਸਾਂ ਗਲੀ ਵਿੱਚੋਂ ਮੋੜਿਆ, ਰੁਕੜਾ ਜਾਂਦਾ ਮਾਈਆ ਠੀਕ ਹੈ ਜੀ। ਇੱਥੇ ਕਾਫੀ ਥੋੜਾ ਜਿਹਾ ਟ੍ਰਿਕੀ ਹੈ, ਇੱਥੇ ਦੇਖੋ ਮੈਂ ਦੁਬਾਰਾ ਦੱਸ ਦਿੰਦਾ ਫਿਰ ਵੀ ਇੱਕ ਵਾਰੀ, ਰੁਕੜਾ ਜਾਂਦਾ ਮਾਈਆ ਅਸਾਂ ਤੇ ਵਾਪਸ ਆਉਣਾ ਇੱਥੇ, ਰੁਕੜਾ ਜਾਂਦਾ ਮਾਈਆ ਅਸਾਂ ਗਲੀ ਵਿੱਚੋਂ ਮੋੜਿਆ, ਰੁਕੜਾ ਜਾਂਦਾ ਮਾਈਆ ਓਕੇ ਸਮਝ ਲੱਗ ਗਈ। ਇੱਕ ਵਾਰੀ ਮੈਂ ਫਾਸਟ ਵੀ ਵਜਾ ਕੇ ਦੱਸ ਦਿੰਦਾ ਕਿੱਦਾਂ ਇਹ ਸਾਊਂਡ ਕਰੂਗਾ। ਰੁਕੜਾ ਜਾਂਦਾ ਮਾਈਆ ਅਸਾਂ ਗਲੀ ਵਿੱਚੋਂ ਮੋੜਿਆ, ਰੁਕੜਾ ਜਾਂਦਾ ਮਾਈਆ, ਰੁਕੜਾ ਜਾਂਦਾ ਮਾਈਆ ਅਸਾਂ ਗਲੀ ਵਿੱਚੋਂ ਮੋੜਿਆ, ਰੁਕੜਾ ਜਾਂਦਾ ਮਾਈਆ। Thank you.
ਹੈ ਜੀ। ਸੋ ਏਦਾਂ ਹੀ ਸਾਰੀ ਵੀਡੀਓ ਜੋ ਸਾਰਾ ਸੌਂਗ ਹੈ ਪਲੇ ਹੋਣਾ ਸੀਗਾ, ਠੀਕ ਹੈ ਜੀ। ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸਲੋ ਐਂਡ ਈਜ਼ੀ ਵਿੱਚ ਤੁਹਾਨੂੰ ਸਮਝਾਉਣ ਦੀ, ਠੀਕ ਹੈ ਜੀ। ਫਿਰ ਵੀ ਜੇ ਕਿਤੇ ਕਮੀ ਪੇਸ਼ੀ ਰਹਿ ਗਈ ਦੈਨ ਕਮੈਂਟ ਕਰਕੇ ਜਾਂ ਮੇਰੇ ਸੋਸ਼ਲ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਆ, ਉਹਨਾਂ ਤੇ ਮੇਰੇ ਨਾਲ ਕੰਟੈਕਟ ਕਰਕੇ ਤੁਸੀਂ ਮੈਨੂੰ ਜ਼ਰੂਰ ਦੱਸਿਓ, ਠੀਕ ਹੈ ਜੀ। ਐਂਡ ਜੇ ਵੀਡੀਓ ਵਧੀਆ ਲੱਗੀ ਦੈਨ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਐਂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।